कि मतलब ऐसे बहुत लगेंगे, ऐसे बहुत सही टाइम पे निकल गए, ऐसे भी वेट कर रहे थे भी 24 तक चले जावांगे ऐसे वापस, है ना। बट फिर मतलब लक अच्छा है, मतलब हालात ठीक होंगे तुसी दोबारा वापस जाओ। हाँ जी, मेरी यूनिवर्सिटी है, मैं वापस तो जाऊंगी जाऊंगी बिल्कुल। बट हुन कल ते आज दे विच पता लग रहा है कि उत्थे मतलब कि मेरी खुद दी सिटी च एक्सप्लोजन हो रही है, मिलिट्री ट्रूप्स आ रहे हैं, मतलब रोज ते चल रहे ने गे। कईयां दे एग्जाम्स भी सिगे, कईयां दे लाइक थर्ड ईयर सिक्स्थ ईयर इंपॉर्टेंट ईयर्स ने गे, तो इस करके बच्चे आ नहीं पा रहे सिगे, ते कुछ फ्लाइट्स भी मतलब कैंसल हो रही सिगियां। इंडियन बहुत बच्चा है ना, मतलब बहुत हॉस्टल्स ने, 7 to 8 तो इंडियन हॉस्टल्स ने गए जेडी मेरी कंसल्टेंसी दे ने गए, ते जिमें साउथ दी कंसल्टेंसी दे अलग बच्चे ने गए, कुछ बच्चे हैं जेडे हॉस्टल्स नहीं रह रहे, अपार्टमेंट्स च रह रहे ने गए। नाम तो नाम की? मेरा नाम हिया कांसल है, ते मैं उत्थे यूक्रेन च MBBS कर रही हाँ, डनिप्रो पेट्रोविक स्टेट मेडिकल यूनिवर्सिटी मेरे कॉलेज का नाम है। ਕਦੋਂ ਆਏ ਹੋ ਤੁਸੀਂ? ਮੈਂ 21 February ਨੂੰ ਮੇਰੀ ਫਲਾਈਟ ਲੈਂਡ ਕੀਤੀ ਹੈ। ਉੱਥੇ ਕੀ ਜੀ ਸਥਿਤੀ ਹੈ, ਉਹ ਕੀ ਜੀਆਂ ਸਥਿਤੀਆਂ ਦੀ ਤੁਸੀਂ ਵਾਪਸ ਆਏ ਹੋ? ਜਦੋਂ ਮੈਂ ਆਈ ਸੀ ਉਸ ਟਾਈਮ ਇੰਨਾ ਉਹ ਨਹੀਂ ਸੀਗਾ, ਮਤਲਬ ਕਿ ਲਾਈਕ ਇਨ ਐਕਸਪਲੋਜਨਸ ਵਗੈਰਾ ਕੁਛ ਵੀ ਨਹੀਂ ਸੀਗਾ। ਬਟ ਹੁਣ ਕੱਲ੍ਹ ਅਤੇ ਅੱਜ ਦੇ ਵਿੱਚ ਪਤਾ ਲੱਗ ਰਿਹਾ ਕਿ ਉੱਥੇ ਮਤਲਬ ਕਿ ਮੇਰੀ ਖੁਦ ਦੀ ਸਿਟੀ 'ਚ ਐਕਸਪਲੋਜਨਸ ਹੋ ਰਹੀਆਂ, ਮਿਲਟਰੀ ਟਰੂਪਸ ਆ ਰਹੇ ਹੈ, ਮਤਲਬ ਰੋਜ਼ 'ਤੇ ਚੱਲ ਰਹੇ ਨੇਗੇ, ਅਤੇ ਖਾਰਕਿਫ 'ਚ ਵੀ ਬਹੁਤ ਜ਼ਿਆਦਾ ਕੁਛ ਪਤਾ ਲੱਗ ਰਿਹਾ ਹੈ ਕਿ ਮਿਸਾਈਲਸ ਗਿਰ ਰਹੇ ਹੈ, ਮਤਲਬ ਉੱਥੇ ਰਸ਼ੀਆ ਦੇ ਵੱਲੋਂ, ਮਤਲਬ ਇਹ ਸਭ ਹੋ ਰਿਹਾ। ਕਿੰਨੇ ਸਾਲ ਤੋਂ ਉੱਥੇ ਰਹਿ ਰਹੇ ਹੋ? ਮੇਰਾ ਫਸਟ ਈਅਰ ਹੀ ਚੱਲ ਰਿਹਾ ਅਜੇ ਉੱਥੇ, ਮੇਰਾ ਫਸਟ ਈਅਰ ਮਾਰਚ 'ਚ ਕੰਪਲੀਟ ਹੋਣਾ ਸੀਗਾ। ਹੁਣ ਤੁਸੀਂ ਕੌਣ ਕੌਣ ਆਏ ਹੋ, ਕਿਵੇਂ ਦੇਖਦੇ ਹੋ? ਜਦੋਂ ਤੁਸੀਂ ਆਏ ਹੋ ਉਸ ਟਾਈਮ ਹਾਲਾਤ ਕੀ ਸੀ, ਤੁਹਾਨੂੰ ਪਤਾ ਲੱਗਿਆ ਸਿਚੁਏਸ਼ਨ ਕੀ ਸੀ, ਕਿੰਨਾ ਕੁ ਡਰ ਲੱਗਿਆ? ਐਕਚੁਲੀ ਬੱਚੇ ਤਾਂ ਇੰਡੀਅਨ ਸਟੂਡੈਂਟਸ ਅਤੇ ਹੋਰ ਕੰਟਰੀਜ਼ ਦੇ ਬੱਚੇ ਤਾਂ ਪਹਿਲਾਂ ਹੀ ਇਵੈਕੂਏਟ ਹੋਣੇ ਸ਼ੁਰੂ ਹੋ ਗਏ ਸੀ, ਇੰਡੀਅਨ ਅੰਬੈਸੀ ਨੇ ਕਹਿਤਾ ਸੀਗਾ ਵਾਪਸ ਚਲੇ ਜਾਓ, ਅਤੇ ਮਤਲਬ ਕਿ ਕੁਛ ਬੱਚੇ ਉੱਥੇ ਇਸ ਲਈ ਨਹੀਂ ਆ ਰਹੇ ਸੀ, ਕਈਆਂ ਦੇ ਐਗਜ਼ਾਮਸ ਵੀ ਸੀਗੇ, ਕਈਆਂ ਦੇ ਲਾਈਕ ਥਰਡ ਈਅਰ ਸਿਕਸਥ ਈਅਰ ਇੰਪੋਰਟੈਂਟ ਈਅਰਸ ਨੇਗੇ, ਤਾਂ ਇਸ ਕਰਕੇ ਬੱਚੇ ਆ ਨਹੀਂ ਪਾ ਰਹੇ ਸੀਗੇ, ਅਤੇ ਕੁਛ ਫਲਾਈਟਸ ਵੀ ਮਤਲਬ ਕੈਂਸਲ ਹੋ ਰਹੀਆਂ ਸੀਗੀਆਂ, ਟਿਕਟਸ ਵੀ ਕੋਸਟਲੀ ਹੋ ਰਹੀਆਂ ਸੀਗੀਆਂ, ਇਸ ਕਰਕੇ ਮਤਲਬ ਕੁਛ ਬੱਚੇ ਇਸ ਕਰਕੇ ਵੀ ਨਹੀਂ ਆ ਪਾ ਰਹੇ ਸੀਗੇ। ਅਤੇ ਜਦੋਂ ਤੱਕ ਮੈਂ ਆਈ ਹਾਂ ਉਦੋਂ ਤੱਕ ਕੁਛ ਇੰਨੇ ਮਤਲਬ ਵਾਰ ਦੇ ਨਹੀਂ ਸੀਗੇ, ਮਤਲਬ ਇਹ ਸੀਗਾ ਕਿ ਵਾਰ ਵਗੈਰਾ ਸਭ ਮਤਲਬ ਸੈਟਲਮੈਂਟ ਹੋ ਜਾਏਗੀ। ਬਟ ਹੁਣ ਕੱਲ੍ਹ ਅਤੇ ਅੱਜ ਦੀ ਨਿਊਜ਼ ਦੇਖ ਕੇ ਤਾਂ ਬਿਲਕੁਲ ਐਵੇਂ ਹੀ ਹੋਇਆ ਪਿਆ ਕਿ ਸਾਰੇ ਹੋਸਟਲਸ ਦੇ ਵਿੱਚ ਰਹੋ, ਕਿ ਆਪਣਾ ਫੂਡ ਐਂਡ ਆਲ ਮਤਲਬ 2 or 3 weeks ਦਾ ਇਕੱਠਾ ਕਰਕੇ ਰੱਖੋ, ਇਹ ਸਭ ਹੋਇਆ ਪਿਆ ਫਿਲਹਾਲ। ਹਾਂ ਹਾਂਜੀ, ਗੱਲ ਹੋ ਰਹੀ ਹੈ, ਸੀਨੀਅਰਸ ਕਹਿ ਰਹੇ ਹੈ, ਮਤਲਬ ਮੇਰੇ ਹੋਸਟਲ 'ਚ ਹੀ 5th floor 'ਤੇ ਜਿਹੜੇ ਬੱਚੇ ਰਹਿੰਦੇ ਆ ਉਹਨਾਂ ਦੀ ਮਤਲਬ ਕਿ ਆਵਾਜ਼ਾਂ ਸੁਣਾਈ ਦਿੱਤੀਆਂ, ਸੁਬਾਹ ਰਿਵਰ 'ਤੇ ਅਟੈਕ ਹੋਇਆ, ਡਨਿੱਪਰ ਰਿਵਰ 'ਤੇ ਅਟੈਕ ਹੋਇਆ, ਅਤੇ ਆਵਾਜ਼ਾਂ ਸੁਣਾਈ ਦਿੱਤੀਆਂ ਗਈਆਂ। ਡੀਨ ਵੀ ਆਏ ਅੱਜ ਸਾਡੇ ਹੋਸਟਲ 'ਚ ਗੱਲਬਾਤ ਕਰਨ ਲਈ ਕਿ ਜਲਦੀ ਕੁਛ ਕਰਾਂਗੇ, ਐਕਚੁਲੀ ਯੂਕਰੇਨ ਏਅਰ ਸਪੇਸ ਹੀ ਸਭ ਬੰਦ ਕਰ ਦਿੱਤਾ ਨਾ, ਅਤੇ ਵਹੀਕਲਸ ਵਗੈਰਾ ਕੁਛ ਵੀ ਨਹੀਂ, ਟਰੈਵਲਿੰਗ ਵੀ ਨਹੀਂ ਕੁਛ ਹੋ ਸਕਦੀ ਹੈਗੀ, ਇਸ ਲਈ ਫਿਰ ਉਹਨਾਂ ਨੇ ਇੱਦਾਂ ਹੀ ਕਿਹਾ ਕਿ ਤੁਸੀਂ ਆਪਣੇ ਹੋਸਟਲ 'ਚ ਹੀ ਰਹੋ ਅਜੇ। ਬੇਟਾ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਦੇ ਅਟੈਕ ਹੋ ਰਹੇ ਨੇ ਤੁਹਾਡੀ ਗੱਲ? ਨਹੀਂ, ਉਹ ਜਸਟ ਇੱਦਾਂ ਹੀ ਕਹਿ ਰਹੇ ਕਿ ਅਜੇ ਪੈਨਿਕ ਨਾ ਕਰੋ, ਕਿ ਮਤਲਬ ਕਿ ਆਪਾਂ ਯੂਕਰੇਨ, ਆਪਾਂ ਇੱਥੇ ਡਾਕਟਰ ਬਣਨ ਆਏ ਹਾਂ, ਕਿ ਲਾਈਕ ਵੀ ਸ਼ੁੱਡ ਬੀ ਬਰੇਵ ਐਂਡ ਆਲ, ਬਟ ਹਜੇ ਕੁਛ ਇੱਦਾਂ ਕਹਿ ਨਹੀਂ ਰਹੇ ਹੈਗੇ ਉਹ। ਤੁਹਾਡੀ ਯੂਨੀਵਰਸਿਟੀ 'ਚ ਕਿੰਨੇ ਬੱਚੇ ਸੀ ਸਾਰੇ ਟੋਟਲ ਜਿਹੜੇ? ਬਹੁਤ ਬੱਚੇ ਹੁਣ ਇੱਦਾਂ, ਮੇਰਾ ਵੀ ਖੁਦ ਇੰਡੀਆ ਦੇ ਇੰਡੀਅਨ ਬਹੁਤ ਬੱਚਾ ਹੈ ਇੱਦਾਂ, ਮਤਲਬ ਬਹੁਤ ਹੋਸਟਲਸ ਨੇ, 7 to 8 ਤਾਂ ਇੰਡੀਅਨ ਹੋਸਟਲਸ ਨੇਗੇ ਜਿਹੜੀ ਮੇਰੀ ਕੰਸਲਟੈਂਸੀ ਦੇ ਨੇਗੇ, ਅਤੇ ਜਿਵੇਂ ਸਾਊਥ ਦੀ ਕੰਸਲਟੈਂਸੀ ਦੇ ਅਲੱਗ ਬੱਚੇ ਨੇਗੇ, ਕੁਛ ਬੱਚੇ ਹੈ ਜਿਹੜੇ ਹੋਸਟਲਸ 'ਚ ਨਹੀਂ ਰਹਿ ਰਹੇ, ਅਪਾਰਟਮੈਂਟਸ 'ਚ ਰਹਿ ਰਹੇ ਨੇਗੇ, ਤਾਂ ਇੱਦਾਂ ਆਪਾਂ ਕਾਊਂਟ ਨਹੀਂ ਕਰ ਸਕਦੇ, ਬਟ ਬੱਚਾ ਬਹੁਤ ਹੈ ਇੰਡੀਅਨ ਨੂੰ ਛੱਡ ਕੇ, ਮੋਰੋਕਨ, ਅਰੇਬਿਕ, ਮਤਲਬ ਬਹੁਤ ਬੱਚਾ ਹੈ। ਤੁਹਾਡੀ ਗੱਲਬਾਤ ਹੋ ਰਹੀ ਹੈ, ਤੁਹਾਡੇ ਦੋਸਤ ਮਿੱਤਰ ਜਿਹੜੇ ਉੱਧਰ ਫਸੇ ਹੋਏ ਨੇ ਕੀ ਹਾਲਾਤ ਦੱਸ ਰਹੇ ਨੇ, ਕਿਹੋ ਜਿਹਾ ਡਰ ਆ? ਡਰ ਤਾਂ ਹੈਗਾ ਹੀ ਹੈ, ਉਹ ਸਭ ਮਤਲਬ ਉਹਨਾਂ ਨੇ ਗਰੋਸਰੀ ਸਾਰੀਆਂ 2 weeks ਦੀਆਂ ਕਲੈਕਟ ਕਰਕੇ ਰੱਖ ਲਈਆਂ ਨੇਗੀਆਂ, ਅਤੇ ਬਸ ਇੱਦਾਂ ਹੀ ਹੈ, ਸ਼ਾਇਦ ਕਹਿ ਰਹੇ ਨੇਗੇ ਕਿ ਇੰਟਰਨੈਟ ਕਨੈਕਸ਼ਨ ਵੀ ਬੰਦ ਹੋ ਸਕਦਾ ਹੈ ਮਤਲਬ ਕੁਛ ਦਿਨਾਂ ਦੇ ਵਿੱਚ, ਅਤੇ ਔਨਲਾਈਨ ਹੋ ਚੁੱਕਿਆ, ਔਨਲਾਈਨ ਕਲਾਸਿਸ ਹੋ ਚੁੱਕੀਆਂ ਸਭ ਦੀਆਂ, ਅਤੇ ਇੱਦਾਂ ਹੀ ਨਿਊਜ਼ ਦੇ ਰਹੇ ਨੇਗੇ ਹਜੇ, ਬਸ ਇੱਦਾਂ ਹੀ ਸੁਬਾਹ ਨਿਊਜ਼ ਇਹੀ ਮਿਲੀ ਸੀ ਡਨਿੱਪਰ ਦੀ, ਤਾਂ ਕਿ ਮਤਲਬ ਕਿ ਉਹ ਆਵਾਜ਼ਾਂ ਵਗੈਰਾ ਬਹੁਤ ਸੁਣਾਈਆਂ, ਤਾਂ ਮਤਲਬ ਉਹ ਸੁਣਨ 'ਚ ਆਈਆਂ ਸਨ। ਤੋਂ ਕੀ ਲੱਗਦਾ ਤੁਹਾਡੇ ਉਰੇ ਨੇੜੇ ਤੇੜੇ ਦੇ ਕਿਹੜੇ ਸ਼ਹਿਰਾਂ ਦੇ ਲੋਕ ਤੁਹਾਡੇ ਨਾਲ ਹੋਰ ਇੱਥੇ ਰਹਿ ਰਹੇ ਸੀ? ਹਰਿਆਣਾ ਦਾ ਬਹੁਤ ਬੱਚਾ, UP, ਪੰਜਾਬ ਦੇ ਵੀ ਮੇਰੇ, ਮਾਨਸਾ ਦੇ ਬਹੁਤ ਬੱਚੇ,
ਮੇਰੀ ਫਰੈਂਡਸ ਮਾਨਸਾ ਦੀਆਂ ਉਹ ਆ ਗਏ ਜਾਂ ਉੱਥੇ ਨਹੀਂ ਉਹ ਆ ਗਏ ਉਹ ਕੱਲ ਹੀ ਆਏ ਨੇਗੇ ਕੱਲ ਸਵੇਰ ਹੀ ਲੈਂਡ ਕੀਤੇ ਨੇਗੇ ਕਿੰਨੇ ਕੁ ਲੱਕੀ ਸਮਝਦੇ ਹੋ ਕਿ ਤੁਸੀਂ ਵਾਰ ਤੋਂ ਪਹਿਲਾਂ ਆਪਣੇ ਘਰ ਆਏ ਮੈਂ ਜਿਸ ਨਾਲ ਆਈਆਂ ਨਾ ਉਹ ਸੀਨੀਅਰ ਨੇਗੇ ਤੇ ਮਤਲਬ ਕਿ ਅਸੀਂ ਵੀ ਇਹੀ ਗੱਲ ਕਰ ਰਹੇ ਸੀਗੇ ਕਿ ਮਤਲਬ ਅਸੀਂ ਬਹੁਤ ਲੱਕੇਂਗੇ ਅਸੀਂ ਬਹੁਤ ਸਹੀ ਟਾਈਮ 'ਤੇ ਨਿਕਲ ਗਏ ਅਸੀਂ ਵੀ ਵੇਟ ਕਰ ਰਹੇ ਸੀਗੇ ਵੀ 24 ਤੱਕ ਚਲੇ ਜਾਵਾਂਗੇ ਅਸੀਂ ਵਾਪਸ ਹੈ ਨਾ ਬਟ ਫਿਰ ਮਤਲਬ ਲੱਕ ਅੱਛਾ ਮਤਲਬ ਜਦੋਂ ਤੁਸੀਂ ਉੱਥੇ ਸੀਗੇ ਤੁਹਾਡੇ ਪੇਰੈਂਟਸ ਨਾਲ ਕੋਈ ਗੱਲਬਾਤ ਹੋਈ ਪਹਿਲੀ ਵਾਰ ਫੋਨ ਕਰਕੇ ਇੱਥੋਂ ਪੇਰੈਂਟਸ ਵੱਲੋਂ ਕਿਸ ਤਰ੍ਹਾਂ ਦਾ ਤੁਹਾਨੂੰ ਮਤਲਬ ਜਿਹੜਾ ਕਿਹਾ ਗਿਆ ਵੀ ਜਲਦੀ ਉੱਥੋਂ ਨਿਕਲੋ ਜਾਂ ਕੋਈ ਹਾਂਜੀ ਪੇਰੈਂਟਸ ਨਾਲ ਗੱਲ ਹੁੰਦੀ ਰਹੀ ਬਲਕਿ ਪਹਿਲਾਂ ਅਸੀਂ ਖੁਦ ਇੰਨਾ ਉਹ ਨਹੀਂ ਸੀਗਾ ਕਿ ਉੱਥੇ ਕੁਛ ਕਿਉਂਕਿ ਦੱਸ ਨਹੀਂ ਰਹੇ ਸੀਗੇ ਨਾ ਸਾਨੂੰ ਕੁਛ ਨਿਊਜ਼ 'ਚ ਪਤਾ ਲੱਗ ਰਿਹਾ ਸੀਗਾ ਸਿਰਫ ਇੰਡੀਅਨ ਮਤਲਬ ਇੱਥੇ ਹੀ ਨਿਊਜ਼ 'ਚ ਸਭ ਪਤਾ ਲੱਗ ਰਿਹਾ ਸੀ ਤਾਂ ਪੇਰੈਂਟਸ ਤਾਂ ਇੱਦਾਂ ਹੀ ਕਹਿ ਰਹੇ ਸੀਗੇ ਕਿ ਮਤਲਬ ਕਿ ਆਓ ਵਾਪਸ ਜਿਹੜੇ ਟਿਕਟ ਦਾ ਰੇਟ ਸੀ ਉਹ ਤੁਸੀਂ ਕਿਵੇਂ ਅਰੇਂਜ ਕੀਤਾ ਉਹ ਕੀ ਕਿਸ ਹਾਲਾਤਾਂ 'ਚ ਟਿਕਟਸ ਦੇ ਰੇਟ ਡਬਲ ਹੋ ਗਏ ਸੀਗੇ ਇਹ ਤਾਂ ਨੋਨ 'ਚ ਸੀਗੇ ਤਾਂ ਇਸ ਕਰਕੇ ਟਿਕਟਸ ਮਤਲਬ ਕਿ ਕਰਵਾ ਦਿੱਤੀਆਂ ਗਈਆਂ ਸੀਗੀਆਂ ਵੈਸੇ ਫਲਾਈਟਸ ਇੱਦਾਂ ਹੀ ਸ਼ੋ ਹੋ ਰਹੀਆਂ ਸੀਗੀਆਂ ਵੀ ਬੁੱਕ ਹੋ ਗਈਆਂ ਬਹੁਤ ਸੇ ਮੇਰੇ ਮਤਲਬ ਕਿ ਬੈਚਮੇਟਸ ਦੀਆਂ ਫਲਾਈਟਸ ਕੈਂਸਲ ਹੋ ਗਈਆਂ ਮੇਰੀ ਕੱਲ ਦੀ ਫਰੈਂਡ ਮੇਰੀ ਇੱਕ ਫਰੈਂਡ ਦੀ ਕੱਲ੍ਹ ਦੀ ਮਤਲਬ ਕਿ ਫਲਾਈਟ ਸੀਗੀ ਉਸਦੀ ਵੀ ਕੈਂਸਲ ਹੋ ਗਿਆ ਜਿਸਨੇ ਟਰੈਵਲ ਕਰਨਾ ਸੀਗਾ ਕੀਵ ਲਈ ਅਤੇ ਬਟ ਏਅਰ ਸਪੇਸ ਬੰਦ ਸੀਗੀ ਤਾਂ ਇਸ ਕਰਕੇ ਟਰੈਵਲ ਵੀ ਨਹੀਂ ਕਰ ਸਕਦੀ ਤੁਸੀਂ ਔਨਲਾਈਨ ਸਟੱਡੀ ਕਰ ਰਹੇ ਹੋਗੇ ਹੁਣ ਉੱਥੇ ਕੌਣ ਸਟੱਡੀ ਕਰਵਾ ਰਿਹਾ ਹੈ ਟੀਚਰਸ ਉੱਥੇ ਦੀਆਂ ਹੀ ਜਿਹੜੇ ਮਤਲਬ ਫੈਕਲਟੀ ਜਿਹੜੇ ਟੀਚਰ ਸਾਨੂੰ ਪੜ੍ਹਾ ਰਹੇ ਸੀਗੇ ਔਫਲਾਈਨ ਵੀ ਉਹੀ ਔਨਲਾਈਨ ਪੜ੍ਹਾਈ ਕਰਵਾ ਰਹੇ ਹਾਂ ਟੀਚਰਸ ਇਹੀ ਕਹਿ ਰਹੇ ਹਨ ਕਿ ਮਤਲਬ ਸੂਨ ਚੀਜ਼ਾਂ ਠੀਕ ਹੋ ਜਾਣਗੀਆਂ ਕਿ ਇੰਨਾ ਪੈਨਿਕ ਨਾ ਕਰੋ ਬਟ ਕਿ ਬਸ ਆਪਣਾ ਮਤਲਬ ਗਰੋਸਰੀ ਵਗੈਰਾ ਸਭ ਰੱਖੋ ਅਤੇ ਮਤਲਬ ਹੋਸਟਲ 'ਚ ਰਹੋ ਅਤੇ ਗਰੁੱਪ 'ਚ ਜਾਓ ਬਾਹਰ ਇਕੱਲੇ ਨਾ ਨਿਕਲੋ ਇਹ ਸਭ ਹਾਲਾਤ ਠੀਕ ਹੁੰਦੇ ਆ ਤੁਸੀਂ ਦੁਬਾਰਾ ਵਾਪਸ ਜਾਓ ਹਾਂਜੀ ਮੇਰੀ ਯੂਨੀਵਰਸਿਟੀ ਹੈ ਮੈਂ ਵਾਪਸ ਤਾਂ ਜਾਊਂਗੀ ਬਿਲਕੁਲ ਅਤੇ ਬੇਟਾ ਤੁਹਾਨੂੰ ਕਦੋਂ ਦੱਸਿਆ ਗਿਆ ਸੀ ਵੀ ਤੁਸੀਂ ਆਪਣਾ ਜਦੋਂ ਐਕਚੁਲੀ ਉੱਥੇ ਇੰਨੀ ਨਿਊਜ਼ 'ਚ ਨਹੀਂ ਆ ਰਿਹਾ ਸੀਗਾ ਇੰਡੀਅਨ ਜਦੋਂ ਜੇ ਮੈਂ ਇੰਡੀਅਨ ਐਮਬੈਸੀ ਦੀ ਗੱਲ ਕਰਾਂ ਤਾਂ ਇੰਡੀਅਨ ਐਮਬੈਸੀ ਮਤਲਬ ਪੇਰੈਂਟਸ ਕਰ ਰਹੇ ਸੀਗੇ ਫੋਨ ਇੰਡੀਅਨ ਐਮਬੈਸੀ ਨੂੰ ਕਿ ਇੱਦਾਂ ਦਾ ਨਿਊਜ਼ 'ਚ ਸਭ ਪਤਾ ਲੱਗ ਰਿਹਾ ਤਾਂ ਫਿਰ ਇੰਡੀਅਨ ਐਮਬੈਸੀ ਨੇ ਹੀ ਡਿਕਲੇਅਰ ਕਰਤਾ ਸੀਗਾ ਮੇ ਬੀ 14 ਫੈਬ ਨੂੰ ਹੀ 14 ਫੈਬ ਨੂੰ ਆ ਗਈ ਸੀਗੀ ਨਿਊਜ਼ ਕਿ ਜਿਹੜੇ ਬੱਚੇ ਜਾ ਸਕਦੇ ਆ ਉਹ ਚਲੇ ਜਾਣ ਵਾਪਸ ਅਸੀਂ ਤਾਂ ਜੀ ਪਰਮਾਤਮਾ ਦਾ ਸ਼ੁਕਰਗੁਜ਼ਾਰ ਕਰਦੇ ਹਾਂ ਵੀ ਸਾਡੀ ਕੁੜੀ ਘਰ ਆ ਗਈ ਇਹ ਹਾਲਾਤ ਇੰਨੇ ਮਾੜੇ ਸੀਗੇ ਜੇ ਕਿਤੇ ਫਲਾਈਟ ਅਸੀਂ 3 ਗੁਣਾ ਰੇਟ 'ਚ ਨਾ ਲੈਂਦੇ ਤਾਂ ਸਾਰੇ ਬੱਚੇ ਨੇ ਉੱਥੇ ਫਸ ਜਾਣਾ ਸੀ ਉਰੇ ਵੀ ਬੁਰਾ ਹਾਲ ਅਤੇ ਉੱਥੇ ਵੀ ਬੁਰਾ ਹਾਲ ਇਹਦੇ ਮੰਮੀ ਡੈਡੀ ਦਾ ਇਹਦੇ ਭਾਈ ਦਾ ਸਾਰਿਆਂ ਦਾ ਬੁਰਾ ਹਾਲ ਸੀਗਾ ਇਹ ਸਾਰੇ ਬੱਚੇ ਸਹਿਮੇ ਹੋਏ ਸੀਗੇ ਅਸੀਂ ਤਾਂ ਭਾਰਤ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਜਿਹੜੇ ਸਾਡੇ ਬੱਚੇ ਉੱਥੇ ਪੜ੍ਹ ਰਹੇ ਨੇ ਪੰਜਾਬ ਦੇ ਇੰਡੀਆ ਦੇ ਇਹ ਇੰਡੀਆ ਦੇ ਵਿੱਚ ਬਹੁਤ ਕਾਲਜ ਇਹੋ ਜਿਹੇ ਨੇ ਜਿੱਥੇ MBBS ਦੀਆਂ ਸੀਟਾਂ ਖਾਲੀ ਪਈਆਂ ਨੇ ਇਹ ਬੱਚਿਆਂ ਨੂੰ ਉੱਧਰ ਮਾਈਗ੍ਰੇਸ਼ਨ ਕਰਕੇ ਭੇਜਿਆ ਜਾਵੇ ਇਹਨਾਂ ਦੀ ਐਡਮਿਸ਼ਨ ਉੱਥੇ ਕਰਾਈ ਜਾਵੇ ਹੁਣ ਉਹ ਯੂਕਰੇਨ ਦੇ ਵਿੱਚ ਜੋ ਹਾਲਾਤ ਹੋਏ ਨੇ ਮੈਨੂੰ ਨਹੀਂ ਲੱਗਦਾ ਵੀ ਜਲਦੀ ਸੁਧਾਰ ਹੋਊਗਾ ਬਹੁਤ ਮਾੜੀ ਪੋਜੀਸ਼ਨ ਹੈ ਇਸ ਕਰਕੇ ਇਹ ਸਾਰੇ ਬੱਚਿਆਂ ਨੂੰ ਇੱਧਰ ਚੇਂਜ ਕੀਤਾ ਜਾਵੇ ਜਦੋਂ ਹਾਲਾਤ ਵਿਗੜੇ ਟਿਕਟਾਂ ਦੇ ਰੇਟ ਵੱਧ ਗਏ ਉਹਦੇ ਬਾਰੇ ਕੀ ਕਹੋਗੇ ਕਿੰਨੇ ਰੇਟ ਹੋਏ ਪਹਿਲਾਂ ਸਾਨੇ ਜਿਹੜੀ ਟਿਕਟ ਲਿੱਤੀ ਸੀ ਜੋ 3 ਗੁਣਾ ਰੇਟ ਦੇ ਵਿੱਚ ਲਿੱਤੀ ਸੀ ਜਦਕਿ ਉਹ ਬਹੁਤ ਮਾੜੀ ਗੱਲ ਹੈ ਗੌਰਮੈਂਟ ਆਫ ਇੰਡੀਆ ਨੂੰ ਇਹ ਚਾਹੀਦਾ ਸੀ ਜਿਹੜੇ ਬੱਚੇ ਸਾਡੇ ਇੰਡੀਆ ਦੇ ਉੱਧਰੋਂ ਆ ਰਹੇ ਨੇ ਉਹਨਾਂ ਨੂੰ ਸਹੀ ਰੇਟ ਦੇ ਉੱਤੇ ਜੋ ਸਾਡੀ ਰਿਟਰਨ ਟਿਕਟ ਬਣੀ ਹੋਈ ਸੀ ਜੁਲਾਈ ਦੀ ਉਹਦੇ ਮੁਤਾਬਕ ਉਹ ਚੇਂਜ ਕਰਕੇ ਉਸੇ ਪੈਸੇ ਦੇ ਵਿੱਚ ਆਉਣਾ ਚਾਹੀਦਾ ਸੀ ਅਤੇ ਜਿਸ ਤਰ੍ਹਾਂ ਹੁਣ ਹਾਲਾਤ ਇਹ ਖਰਾਬ ਹੋ ਰਹੇ ਨੇ ਜੀ ਤੁਸੀਂ ਕੀ ਸਮਝਦੇ ਆ ਆਪਣੇ ਦੇਖੋ ਇਹ ਬਹੁਤ ਮਾੜੀ ਗੱਲ ਹੈ ਦੇਖੋ ਇਹ ਜਿਹੜਾ ਯੁੱਧ ਹੋ ਰਿਹਾ ਹੈ ਇਸ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ ਇਹ ਇਕੱਲੇ ਰੂਸ ਅਤੇ ਯੂਕਰੇਨ ਨੂੰ ਨਹੀਂ ਪੂਰੇ ਵਰਲਡ ਲੈਵਲ 'ਤੇ ਇਹਦਾ ਨੁਕਸਾਨ ਹੋਣਾ ਕੁਛ ਚੀਜ਼ਾਂ ਤੇਜ਼ ਹੋ ਰਹੀਆਂ ਕੁਛ ਚੀਜ਼ਾਂ ਮੰਦੀਆਂ ਹੋ ਰਹੀਆਂ ਸ਼ੇਅਰ ਮਾਰਕੀਟ ਖਰਾਬ ਹੋ ਗਈ ਇਹਦੇ ਨਾਲ ਬਹੁਤ ਜਿਹੜਾ ਹੈਗਾ ਲੋਸ ਹੋਣਾ ਬਿਜ਼ਨਸ ਦਾ ਵੀ ਲੋਸ ਹੋਣਾ ਇਹ ਕਿਸੇ ਵੀ ਕੰਟਰੀ 'ਤੇ ਜਦੋਂ ਲੜਾਈ ਲੱਗਦੀ ਹੈ ਉਹਦੇ ਨਾਲ ਇਕੱਲੀਆਂ ਉਸ ਕੰਟਰੀ ਦਾ ਮਸਲਾ ਨਹੀਂ ਹੁੰਦਾ ਪੂਰੇ ਵਰਲਡ ਲੈਵਲ ਦੀ ਗੱਲ ਹੈ ਇੰਡੀਆ ਨੂੰ ਵੀ ਇਸ ਚੀਜ਼ ਦਾ ਨੁਕਸਾਨ ਹੋਣਾ ਅੱਜ ਗੋਲਡ ਕਿੰਨਾ ਤੇਜ਼ ਹੋ ਗਿਆ ਜਿਨ੍ਹਾਂ ਦੇ ਅੱਗੇ ਵਿਆਹ ਹੋਣੇ ਨੇ ਜਾਂ ਕਿੰਨਾ ਤੇਲ 5-7 ਰੁਪਏ ਕਿਲੋ ਕਹਿੰਦਾ ਮਤਲਬ ਤੇਲ ਵੱਧ ਗਿਆ ਜਿਹੜੀਆਂ ਚੀਜ਼ਾਂ ਮੰਦੀਆਂ ਹੋ ਗਿਆ ਮਾਰਕੀਟ ਬਿਲਕੁਲ ਪਾਣੀ 'ਚ ਬਹਿ ਗਈ ਉਹ ਲੋਕਾਂ ਦਾ ਲੋਸ ਹੋ ਗਿਆ ਇਹ ਸਾਰੀਆਂ ਚੀਜ਼ਾਂ ਨੁਕਸਾਨ ਦਾ ਘਰ ਨੇ ਇਹਨਾਂ ਨੂੰ ਬਹਿ ਕੇ ਭਾਈਚਾਰਕ ਤੌਰ 'ਤੇ ਫੈਸਲਾ ਕਰਨਾ ਚਾਹੀਦਾ ਜਿਹੜੇ ਇਹਨਾਂ ਦੀ ਪ੍ਰੋਬਲਮ ਜਿਹੜੇ ਕੰਟਰੀ ਦੀਆਂ ਆਪਸ ਦੇ ਵਿੱਚ ਹੱਲ ਕਰਨੀਆਂ ਚਾਹੀਦੀਆਂ ਨੇ ਤਾਂ ਕਿ ਆਮ ਲੋਕਾਂ ਦਾ ਜਿਹੜਾ ਮਾੜਾ ਅਸਰ ਹੈ ਇਹ ਨਾ ਪਵੇ ਲੋਕਾਂ ਨੂੰ ਘਾਟਾ ਨਾ ਪਵੇ ਲੋਕ ਆਪਣਾ ਚੈਨ ਦੀ ਨੀਂਦ ਜਿਹੜੇ ਆ ਸੋਣ ਕੰਮ ਕਰਨ ਪੂਜਾ ਕਾਂਸਲ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਉੱਧਰ ਹਾਲਾਤ ਵਿਗੜੇ ਹੋਏ ਨੇ ਤੁਹਾਡੇ ਪਹਿਲਾਂ ਤੁਹਾਡੀ ਸੋਚ ਕੀ ਹੈ ਹਾਂਜੀ ਜਦੋਂ ਦੇ ਅਸੀਂ ਸੁਣਦੇ ਸੀ ਵੀ ਰਸ਼ੀਆ ਅਤੇ ਯੂਕਰੇਨ ਦੀ ਲੜਾਈ ਹੋਊਗੀ ਪਹਿਲਾਂ ਤਾਂ ਸਾਨੂੰ ਯੂਨੀਵਰਸਿਟੀ ਵਾਲੇ ਨੇ ਇਹੀ ਦੱਸਿਆ ਵੀ ਵੈਸੇ ਹੀ ਪੋਲੀਟੀਕਲ ਗੱਲਾਂ ਨੇ ਇਹ ਕੋਈ ਲੜਾਈ ਨਹੀਂ ਹੁੰਦੀ ਹੈਗੀ ਅਤੇ ਫਿਰ ਅਸੀਂ ਬੇਟੀ ਨੂੰ ਰੋਜ਼ ਪੁੱਛਦੇ ਵੀ ਉੱਥੇ ਹਾਲਾਤ ਕਿਹੋ ਜਿਹੇ ਨੇ ਉਹ ਸਾਨੂੰ ਐਂ ਕਹਿੰਦੀ ਵੀ ਤੁਹਾਨੂੰ ਜ਼ਿਆਦਾ ਨਿਊਜ਼ ਤੋਂ ਪਤਾ ਲੱਗਦਾ ਸਾਨੂੰ ਨਹੀਂ ਇੱਥੇ ਪਤਾ ਲੱਗਦਾ ਅੰਦਰ ਹੋਸਟਲ 'ਚ ਬੈਠਿਆਂ ਨੂੰ ਅਤੇ ਫਿਰ ਅਸੀਂ ਉਹਨੂੰ ਡੇਲੀ ਕਹਿੰਦੇ ਵੀ ਤੁਸੀਂ ਜੋ ਵੀ ਤੁਹਾਨੂੰ ਉੱਥੇ ਪਤਾ ਲੱਗੇ ਤਾਂ ਸਾਨੂੰ ਦੱਸੋ ਹੌਲੀ 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 ਡੇਲੀ ਦਿਨ ਪਰ ਦਿਨ ਹਾਲਾਤ ਖਰਾਬ ਹੁੰਦੇ ਗਏ ਅਤੇ ਫਿਰ ਅਸੀਂ ਉਹਨੂੰ ਕਿਹਾ ਉਹ ਕਹਿ ਰਹੀ ਸੀ ਮੰਮੀ ਵਾਰ ਨਹੀਂ ਹੁੰਦੀ ਤੁਸੀਂ ਫਿਕਰ ਨਾ ਕਰੋ ਮੈਂ ਕਿਹਾ ਸਾਨੂੰ ਇੱਥੇ ਬੈਠੇ ਬਹੁਤ ਜ਼ਿਆਦਾ ਚਿੰਤਾ ਹੋ ਰਹੀ ਹੈ ਫਿਰ ਅਸੀਂ ਉਹਨੂੰ ਕਿਹਾ ਤੁਸੀਂ ਆਪਣੀ
मेरी बेटी तो 20 दिन पहला ही गई सी हजे यूक्रेन, सानू ए कहता भी यूक्रेन च हालात ठीक ने, नहीं तो असी भेजना ही नहीं सीगा उत्थे उन्हूं वापस। बाकी भी काफ़ी बच्चे उत्थे फसे हुए ने, किवें देखदे हो तुसीं हालात माड़े ने? हाँ जी, और बच्चों टिकट्स ही नहीं अरेंज करवाइया गई, फ्लाइट का इंतजाम नहीं प्रॉपर किया इंडियन गवर्नमेंट ने। इंडियन गवर्नमेंट शायद पता नहीं वोट्स के चक्कर के कुछ उन्होंने इन्ना दिखाया ही नहीं अपना इफेक्ट। कितना लकी समझते हो तुहाडा बच्चा तुहाडे घर आ गया, हालात ने माड़े? हाँ जी, असं अपने आप को लकी समझते हैं भी साडा बच्चा टाइम पर आ गया, सानू रिलेटिव्स के फोन आ रहे हैं, फ्रेंड सर्कल च फोन आ रहे हैं भी थोड़ा बच्चा आ गया, हूँ भी फोन आके चुके ने दो तीन भी उत्थे तो नहीं फसी, उत्थे तो नहीं फसी, इस क्या साडा बच्चा तो आ गया, बाकी बच्चे उत्थे फसे पे ने। ये फ्रेंड सर्कल च बहुत बच्चे उत्थे ने, ये जेडे नाल सीगे रूम क्लासमेट्स नाल सी वो सारे उत्थे ही अद्धे बच्चे फसे पे ने। बच्चों नूं ऐ सीगा भी युद्ध नहीं होना, वॉर नहीं होनी हैगी, भी वैसे ही सैटलमेंट हो जू कोई ना कोई।